दीन तो नीते मालक साहब श्री गुरु ग्रंथ साहब सच्चे पातशाह जी दे मुबारक चरण परसन आए सतसंगी प्यारियो अदब सत्कार नाल गुरु फतेह जी सांझ करिए। प्यार नाल आखो जी वाहिगुरु जी का खालसा वाहिगुरु जी की फतेह। शहादतां दा हफ्ता चलदा है। 1984 विच सिख कौम ते होए कहर दी बात आपां पिछले कई दिनां तो सांझी करदे आ रहे हां। अज उस दा अंतम पड़ा दरबार साहिब ते हमला किवें होया अज उहदी सांझ पावां। संसार विच बहुतात चीज़ां ऐसियां ने जिन्हां दा किसी ना किसी रूप विच मुल मोड़ना पैंदा है। सिखी पहाड़ दी चोटी ते आनंदपुर साहिब दी धरती ते खंडा घोल के अणख ते गैरत विचों पैदा हुई अपनी समुची गैरत नूं ज्योती रखण वास्ते लमेरा समा शहादतां दी जाम पींदी रही। इहदा नाम सरदार एवें नहीं, इहने सरदारी दा मुल बड़ा तारिया। उहदे विच्चों किवें वक्त दे हाकम इहदे नाल टकराउंदे रहे पर गुरबाणी दा सच वरतदा रहा। कूड़ निखुटे नानका ओड़क सच रही। समें दीआं करवटां नाल साडे इतिहास दे पन्ने बणदे रहे। अज आपां उस आखरी पड़ा दी गल करन लगे। पिछे जिक्र कीता सी पंजाबी उन्हां विचों प्रमुख सिख अपनी बर्बादी नूं अपने अखां नाल वेख रहे ने। उहदे लई उहदे हक मंगण लई सिर ऊंचा कीता। छोटा जिहा दृष्टांत दे दिआं। 1947 विच देश आजाद होया ते 1965 विच चीन नाल जंग लड़नी पेगी। मेरा ख्याल है भी तुहानूं इह अंकड़े समझने कोई बहुते औखे नहीं। 1947 मतलब तुसीं समझ लो भी 2.5 साल ओह ला लो, 50 हो गए ते 65 साल इह ने। 17 सालां मगरों ही लड़ी हुई जंग ते उहदे विच्चों करीब 98% हिस्सा हर तरीके पंजाब दी धरती दा अन्न वजों भी ते गहने वेच वेच के अपने उस वक्त दे खर्चे पूरे कीते। क्योंकि 17 सालां च कोई कंट्री अपने पैरां ते नहीं हुंदी। और उहदे विच शहादतां दा पक्ख भी सब तों वधेरा है। मतलब किहड़ा पक्ष है जिहड़ा सिखां ने अपने जीवन की खोली खून की खेड के ते इत्थों दी अजबत नूं नहीं सी बचाया। जदों इन्हां ने अपने बणदे हक मंगे सारियां थावां ते पैदा होए कुदरती सोमे विच्चों जो कुछ दात निकलदी है उस स्टेट का हक हुंदा है। पर इक कल्ला पंजाब है जिहदे नाम भी पंजाब है ते उहदा पाणी जिहड़ा 75% बिना किसी कीमत तो दूजी हरियाणे स्टेट नूं दित्ता जांदा है। ऐसे बहुतात गल्लां सन जिन्हां दा जदों हक मंगिया ते उदों अतवादी वक्खवादी कह के
ਅਤੇ ਇਹਨਾਂ ਨੂੰ ਦੁਰਕਾਰਿਆ ਗਿਆ। ਮੈਂ ਕੁਝ ਪਲ ਹੋਰ ਤੁਹਾਡੇ ਲੈਣਾ ਚਾਹੁੰਦਾ ਹੈ। ਇਹ ਮੈਂ ਅਕਸਰ ਬੇਨਤੀ ਕਰਨਾ, ਜੇ ਤੁਹਾਨੂੰ ਕੌਮ ਨਾਲ ਦਰਦ ਹੈ ਨਾ, ਛੋਟਾ ਜਿਹਾ ਇੱਕ ਬਹੁਤਾ ਵੱਡਾ ਨਹੀਂ, ਸਰਦਾਰ ਕਪੂਰ ਸਿੰਘ ਦਾ ਲਿਖਿਆ ਹੋਇਆ ਅਨੰਦਪੁਰ ਸਾਹਿਬ ਦਾ ਮਤਾ ਜ਼ਰੂਰ ਪੜ੍ਹਿਓ ਜੀ। ਇਹਦਾ ਨਾਂ ਅਨੰਦਪੁਰ ਸਾਹਿਬ ਦਾ ਮਤਾ ਹੈ, ਪਰ ਇਹ ਲਾਗੂ ਲੁਧਿਆਣੇ 'ਚ ਹੋਇਆ ਸੀ, ਇਹ ਗੱਲ ਚੇਤਾ ਰੱਖਿਓ। ਇਹਦੇ ਵਿੱਚ ਕੁਝ ਮੰਗਾਂ ਨੇ, ਮੈਂ ਥੋੜ੍ਹੀਆਂ ਜਿਹੀਆਂ ਦਾ ਜ਼ਿਕਰ ਕਰਾਂਗਾ। ਸਭ ਤੋਂ ਪਹਿਲੀ ਮੰਗ ਹੈ ਵੀ ਪੰਜਾਬ ਦਾ ਪਾਣੀ ਪੰਜਾਬ ਨੂੰ ਦਿੱਤਾ ਜਾਏ। ਦੂਜੀ ਮੰਗ ਸੀ ਵੀ ਜਿਹੜੇ ਸਾਦੇ ਦੁਕਾਨਦਾਰ ਨੇ ਉਹ ਟੈਕਸ ਫਰੀ ਕੀਤੇ ਜਾਣ, ਉਹਨਾਂ 'ਤੇ ਚੁੰਗੀ ਨਾ ਲੱਗੇ, ਛੋਟੇ ਦੁਕਾਨਦਾਰ ਨੇ। ਵੈਸੇ ਮੈਂ ਇੱਕ ਗੱਲ ਹੋਰ ਅੱਗੇ ਤੁਰ ਚੱਲਾਂ, ਵਾਪਸ ਐਵੇਂ ਪਰਤਾਂਗੇ। ਬਰਬਾਦ ਕਰਨ ਦੇ ਤਿੰਨ ਢੰਗ ਨੇ ਦੁਨੀਆਂ 'ਚ, ਕਿਸੇ ਵੀ ਕੌਮ ਨੂੰ, ਦੇਸ਼ ਨੂੰ। ਜਿਵੇਂ ਇੱਕ ਢੰਗ ਤਾਂ ਤਰੀਕਾ ਇਹ ਹੈ ਵੀ ਸਿੱਧਾ ਜਾ ਕੇ ਜਿਵੇਂ ਹਿਟਲਰ ਵਰਗੀਆਂ ਨੇ ਜਾਂ ਇਹੋ ਜਿਹੇ ਲੋਕਾਂ ਨੇ ਸਿੱਧੇ ਹਮਲੇ ਕਰਕੇ ਖਤਮ ਕੀਤੀ ਸੀ ਕਹਾਣੀ, ਉਹਨਾਂ ਦੇ ਧਾਰਮਿਕ ਸਥਾਨ ਇਤਿਹਾਦ ਘਟਾ ਦਿਓ। ਅਬਦਾਲੀ ਆਉਂਦਾ ਰਿਹਾ, ਨਾਦਰ ਸ਼ਾਹ ਵਰਗੇ ਆਉਂਦੇ ਰਹੇ, ਮਹਿਮੂਦ ਗਜ਼ਨਵੀ ਵਰਗੇ ਆਉਂਦੇ ਰਹੇ, ਇਹ ਸਾਰੇ ਇੱਕੋ ਲੈਣ ਦੇ ਲੋਕ ਨੇ। ਇੱਕ ਢੰਗ ਤਰੀਕਾ ਇਹ ਹੁੰਦਾ ਹੈ। ਦੂਜਾ ਢੰਗ ਤਰੀਕਾ ਇਹ ਹੁੰਦਾ ਵੀ ਉੱਥੋਂ ਦੀ ਇਕੋਨਮੀ ਦੇ ਜਿੰਨੇ ਸੋਰਸ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ, ਜਿਵੇਂ ਅਮੈਰੀਕਾ ਦੀ ਪੋਲਿਸੀ ਹੈ। ਇਹ ਜਿਹੜੀ ਜਗ੍ਹਾ 'ਤੇ ਵੀ ਦੁਨੀਆਂ ਦੇ ਸਰੋਤ ਨੇ ਵਧੀਆ, ਜਿੱਥੋਂ ਪੈਸਾ ਆਉਂਦਾ ਹੈ, ਉਹਨਾਂ ਮੁਲਕਾਂ 'ਚ ਕਬਜ਼ਾ ਕਰਕੇ ਉੱਥੋਂ ਦੀ ਇਕੋਨਮੀ ਨੂੰ ਖਤਮ ਕਰ ਦਿੰਦੇ ਨੇ, ਦੂਜਾ ਢੰਗ ਤਰੀਕਾ ਹੈ। ਤੀਜਾ ਢੰਗ ਤਰੀਕਾ ਜਿਹੜਾ ਚਾਣਕਿਆ ਨੀਤੀ ਦਾ, ਜਿਹੜਾ ਸਾਡੇ ਨਾਲ ਵਰਤਦਾ, ਉਹ ਚਾਣਕਿਆ ਨੀਤੀ ਦਾ ਕੀ ਢੰਗ ਤਰੀਕਾ ਹੈ ਵੀ ਪਹਿਲੀ ਗੱਲ, ਉਸ ਧਰਤੀ 'ਤੇ ਕੋਈ ਉਦਯੋਗ ਨਾ ਰਹਿਣ ਦਿਓ, ਉੱਥੋਂ ਦੇ ਲੋਕ ਨੌਕਰੀ ਨਾ ਕਰ ਸਕਣ, ਵਸੀਲੇ ਸਾਰੇ ਖੋਹ ਲਏ ਜਾਣ। ਦੂਜੀ ਗੱਲ ਹੈ, ਉੱਥੋਂ ਦਾ ਪਾਣੀ ਖਤਮ ਕਰ ਦਿੱਤਾ ਜਾਵੇ। ਤੀਜੀ ਗੱਲ ਹੈ, ਉੱਥੋਂ ਦੀ ਐਜੂਕੇਸ਼ਨ ਖਤਮ ਕਰ ਦਿੱਤੀ ਜਾਵੇ। ਚੌਥੀ ਗੱਲ ਹੈ, ਉੱਥੋਂ ਦੀ ਸਿਹਤ ਖਤਮ ਕੀਤੀ ਜਾਵੇ। ਤੁਸੀਂ RSS ਦਾ ਏਜੰਡਾ ਪੜ੍ਹੋਗੇ, ਜਿਹੜੀਆਂ ਐਕਸਪਾਇਰ ਦਵਾਈਆਂ ਨੇ ਉਹਨਾਂ 'ਤੇ ਨਵੇਂ ਲੇਬਲ ਲਾ ਕੇ ਪੰਜਾਬ ਦੀ ਧਰਤੀ ਨੂੰ ਅਤੇ ਮੁਸਲਮਾਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ। ਪਤਾ ਨਹੀਂ ਕੌਮ ਕਿਹੜੀ ਨੀਂਦ ਸੁੱਤੀ ਪਈ ਅਤੇ ਕਦੋਂ ਜਾਗੇਗੀ। ਜਿਹੜੇ ਪੰਜਵਾਂ ਇੱਕ ਕਾਰਨ ਹੋਇਆ ਕਰਦਾ ਵੀ ਉਸ ਕੌਮ ਨੂੰ ਨਸ਼ੇ 'ਚ ਲਾ ਦਿਓ। ਇਹ ਪੰਜ ਤਰੀਕੇ ਨੇ ਕਿਸੇ ਕੌਮ ਨੂੰ ਖਤਮ ਕਰਨ ਦੇ। ਉਹਦੇ 'ਚੋਂ ਪੰਜਾਬ 'ਚ ਕਿਹੜਾ ਨਹੀਂ ਵਰਤ ਰਿਹਾ, ਮੇਰਾ ਖਿਆਲ ਹੈ ਮੇਰੇ ਤੋਂ ਵਧੀਕ ਭਲੀ ਭਾਂਤ ਤੁਸੀਂ ਜਾਣਦੇ ਹੋ। ਮੈਂ ਵਾਰ ਵਾਰ ਮੁੜ ਕੇ ਆਪਣੀ ਗੱਲ ਵੱਲ ਆਉਣਾ ਚਾਹੁੰਦਾ। ਆਪਣੀਆਂ ਅੱਖਾਂ ਸਾਹਮਣੇ ਮਰਦੇ ਆਪਣੇ ਜਵਾਨ ਪੁੱਤ ਬਿਨਾਂ ਕਿਸੇ ਕਾਰਨ ਘਰੋਂ ਚੁੱਕ ਕੇ ਉਹਨਾਂ ਨੂੰ, ਬਦੋਸ਼ੀਆਂ ਨੂੰ ਖਤਮ ਕਰ ਦੇਣਾ, ਮਾਂ ਬਾਪਾਂ ਤੱਕ ਖਬਰ ਬਿਨਾਂ ਦੇਣੀ, ਲਾਵਾਰਸ ਲਾਸ਼ ਕਹਿ ਕੇ ਸਾੜ ਦੇਣਾ, ਇੱਕ ਲੰਮੀ ਦਾਸਤਾਂ ਹੈ ਜ਼ੁਲਮਾਂ ਦੀ। ਕਿਸੇ ਨੇ ਜ਼ਖਮਾਂ 'ਤੇ ਪੱਟੀ ਤਾਂ ਕੀ ਬੰਨ੍ਹਣੀ ਸੀ, ਕਿਸੇ ਨੇ ਜ਼ਖਮਾਂ 'ਤੇ ਮੱਲਮ ਤਾਂ ਕੀ ਲਾਉਣੀ ਸੀ, ਬਲਕਿ ਇਹ ਤਿਆਰੀ ਕਰ ਲਈ ਜਦੋਂ ਸਿੱਖ ਕੌਮ ਨੂੰ ਕੁਝ ਲੀਡਰ ਮਿਲੇ, ਅਖੰਡ ਕੀਰਤਨੀ ਜਥੇ ਵਿੱਚੋਂ ਅਤੇ ਟਕਸਾਲ ਵਿੱਚੋਂ। ਇੱਕ ਪਲ ਮੈਂ ਹੋਰ ਲਵਾਂ, ਇਹ ਮੈਨੂੰ ਸ਼ਬਦ ਵਰਤਣੇ ਪੈਂਦੇ ਨੇ, ਮਜਬੂਰੀ ਹੈ। ਵੈਸੇ ਸ਼ਹੀਦ ਕੋਈ ਵੀ ਹੋਵੇ, ਉਹ ਕੌਮ ਦਾ ਸਰਮਾਇਆ ਹੁੰਦੇ ਨੇ, ਕਿਸੇ ਧੜੇ ਦਾ ਨਹੀਂ, ਯਾਦ ਰੱਖਿਓ ਜੀ। ਇਹਨਾਂ ਵਿੱਚੋਂ ਕੁਝ ਅਣਖ ਅਤੇ ਗੈਰਤ ਜਾਗੀ ਲੀਡਰ ਮਿਲੇ, ਸੰਤ ਜਰਨੈਲ ਸਿੰਘ ਜੀ, ਉਹਨਾਂ ਮਗਰ ਕੌਮ ਨੂੰ ਆਪਣੇ ਸੁਪਨੇ ਸਾਕਾਰ ਹੁੰਦੇ ਨਜ਼ਰ ਆਏ, ਤੁਰੇ ਨੇ। ਪਰ ਹੁਣ ਇਹ ਗੱਲ ਉੱਪਰ ਹਾਕਮਾਂ ਨੂੰ ਚੰਗੀ ਨਹੀਂ ਨਾ ਲੱਗਦੀ, ਆਖਰ ਉਹ ਬੰਨਣ ਬੰਨਿਆ ਗਿਆ। 15 ਜਨਵਰੀ ਇੰਡੀਆ ਦੀ ਧਰਤੀ 'ਤੇ ਸੈਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਸ ਦਿਨ ਸੈਨਾ ਸੰਗਠਨ ਕੀਤੀ ਗਈ ਸੀ, ਸੈਨਾ ਦਿਵਸ ਵਜੋਂ 15 ਜਨਵਰੀ ਮਨਾਇਆ ਜਾਂਦਾ ਹੈ। 15 ਜਨਵਰੀ ਨੂੰ ਇੰਦਰਾ ਗਾਂਧੀ ਨੇ ਆਪਣੇ ਮਨ ਦੀਆਂ ਜਾਂ ਅਜਿਹੇ ਲੋਕਾਂ ਦੇ ਜਿਹੜੇ ਮਨਾਂ ਦੀਆਂ ਇੱਕ
बहुत लंबे समय तो पईयां हुईयां बुराइयां उन्होंने शब्दों का रूप लिया, प्रगट कर दी गई गल। सब तो पहला जनरल वैद्या वो कश्मीर विच उन्हां दिनां च छुट्टियां मना रहा सी, वापस बुलाया। जनरल वैद्या दे नाल कुछ चुने हुए जरनैल जिहड़े पिछे कई जंगां विच जित्तां प्राप्त कर चुके सन, उन्हां विचों रणजीत सिंह दयाल, मेजर जनरल कुलदीप सिंह बराड़, कृष्णा मूर्ति सुंदर जी इत्यादिक, इन्हां नूं सारिआं नूं कट्ठे कीता गया। कट्ठे करके फिर सारी फौज विचों चुनवें कमांडो चुने गए। ये सारा सिलसिला बना के तुहानूं कदे वक्त मिलिआ, देहरादून दे इलाके विच इक इलाके दा नां है चकराता। इत्थे अक्सर मिलटरी अपनी प्रैक्टिस करदी रहिंदी है, एरिया निश्चित है। इस इलाके विच दरबार साहब दा इक मॉडल बना के रखिआ गया और उहदे ते बकायदा प्रैक्टिस कीती गई। तुहाडे दिमाग चों इह नक्शा अकाल तख्त साहब है, उहदे बिल्कुल सामने दरबार साहब है, पर इहनूं चार दरवाजे लगदे ने। पहला दरवाजा जिहड़ा अज कल है वह जलियांवाले बाग वाले पासे तों है, दूजा दरवाजा गुरु रामदास जी दे लंगरां वाले पासे तों है, तीजा दरवाजा शहीद बाबा दीप सिंह दे अस्थान वाले पासे तों है, जिहड़ा चौथा दरवाजा वह अकाल तख्त साहब दे पिछे तों आउंदा सी पर वह 1865 विच बंद कर दिता सी गोरियां ने, एक वक्खरा पक्ष है। इहदी सारी तैयारी कर ली गई, मॉडल ते समझा दिता गया भी किवें जलियां वाले बाग वाले पासे तों मिलटरी अंदर एंटर करेगी। खाड़कू सिंघां दा ध्यान बदलन वास्ते गुरु रामदास दे लंगरां वाले पासे तों जिहड़े उधरों भी एक टुकड़ी फौज की टुकड़ी इधरों भी एंटर करेगी ते ए ध्यान वंडेगी, ये ध्यान वंडेगी गुरु रामदास वाले पासे तो आने वाली फौज की टुकड़ी खाड़कुआ का ध्यान वंडेगी, फायरिंग बहुती यह देगी। पर इधरों जलियां वाले बाग वाले पासे तो जाने वाले वो झट अकाल तख्त साहब से पहुँच जाएंगे क्योंकि उधरों अकाल तख्त साहब नेड़े है। जे बाई चांस इन्हों कोई प्रॉब्लम बनती है तो जिहड़ा बाबा दीप सिंह शहीद वाले पासे तो गेट है दरवाजा है उधरों अकाल तख्त साहब ते जाके कब्जा कर लेंगे। इहदे लई समां निश्चित किया गया 5 तरीक नूं सुबह शुरू की जाएगी कार्रवाई ते रात दे 10 बजे गोलीबारी शुरू हो जाएगी। 2 घंटियां च सारा कुछ करके फिर 2 घंटे दरबार साहब की सफाई नूं, फिर 1 घंटे तो बाद उस मर्यादा दे बहाल करन वास्ते 5 घंटे कुलदीप सिंह बराड़ ने यह कहा सी भी इन्ना समा बहुत है। 6 तरीक की सवेर नूं दरबार साहब उमें खोल दिता जाएगा संगतां दे दर्शन दिदारियां लई। यह विचार बना के सारा कुछ किया गया। 15 जनवरी तो लेके करीब मई महीने तक हर एक एंगल तो हर एक दृष्टि तो यह प्रैक्टिस की गई भी किसी तरह कोई कमी ना आवे। उत्ते हैलीकॉप्टर खाड़कुआ दे टिकाणियां दी निशानदेही करनगे ते उहदे उत्ते गोले अते असले दे नाल उहनूं तबाह करके ते कब्जा कर लिया जाएगा। यह चकराते दे विच देहरादून दे इलाके विच सारा कुछ मुकम्मल कर लिया। अरे तां कागजां ते सी ना, ये कोई असली लड़ाई थोड़ा सी, ये तां कागजां ते प्रैक्टिस सी, ये तां बने हुए मॉडलां ते प्रैक्टिस सी।
आखिर 30 मई 1984 ਨੂੰ 27 ਮਈ ਤੋਂ ਸ਼ੁਰੂ ਕਰਕੇ 30 ਮਈ 1984 ਨੂੰ ਪੰਜਾਬ ਦੀ ਧਰਤੀ ਉੱਤੇ ਕਰੀਬ 2 ਲੱਖ ਦੇ ਨੇੜੇ ਫੌਜ ਤਾਇਨਾਤ ਕਰ ਦਿੱਤੀ ਗਈ। ਹਾਲਾਂਕਿ ਪਹਿਲਾਂ ਵੀ ਉੱਤੇ ਫੋਰਸ ਬਹੁਤ ਸੀ ਅਤੇ ਕਿਹਾ ਇਹੋ ਹੀ ਗਿਆ ਵੀ ਪਾਕਿਸਤਾਨ ਤੋਂ ਘੁਸਪੈਠ ਰੋਕਣ ਵਾਸਤੇ ਸਰਹੱਦ ਦੇ ਪਹਿਰਾ ਸਖ਼ਤ ਕਰਨਾ, ਤਾਂ ਕਰਕੇ ਫੌਜ ਇੰਨੀ ਬੁਲਾਈ ਜਾ ਰਹੀ ਹੈ। 30 ਮਈ ਤੱਕ ਪੂਰਨ ਤੌਰ 'ਤੇ ਦਰਬਾਰ ਸਾਹਿਬ ਦੇ ਦੁਆਲੇ ਨੇੜੇ ਤੇੜੇ ਦੀਆਂ ਇਮਾਰਤਾਂ ਦੇ ਵਿੱਚ ਫੌਜ ਨੇ ਪੂਰਨ ਤੌਰ 'ਤੇ ਆਪਣਾ ਕਬਜ਼ਾ ਬਣਾ ਲਿਆ ਸੀ। 1 ਜੂਨ ਨੂੰ ਇੱਕ ਮੀਟਿੰਗ ਹੋਈ ਹੋਟਲ ਵਿੱਚ। ਇੱਥੇ ਜਨਰਲ ਵੈਦਿਆ ਹੈ, ਕੁਲਦੀਪ ਸਿੰਘ ਬਰਾੜ ਪ੍ਰਮੁੱਖ ਹੈ, ਰਣਜੀਤ ਸਿੰਘ ਦਿਆਲ ਦੂਜਾ ਹੈ, ਇਤਿਆਦਿਕ ਇਹਨਾਂ ਨੇ, ਸੁੰਦਰ ਜੀ, ਇਹਨਾਂ ਨੇ ਰਲ ਕੇ ਸਲਾਹਾਂ ਕੀਤੀਆਂ ਵੀ ਸਾਨੂੰ ਕੀ ਕਰਨਾ ਚਾਹੀਦਾ। ਉਸ ਵੇਲੇ ਅੰਮ੍ਰਿਤਸਰ ਸਾਹਿਬ ਦਾ DC, ਇਤਿਹਾਸ ਸਦਾ ਹੀ ਯਾਦ ਰੱਖੇ ਗਏ ਨੂੰ, ਇਹਦਾ ਨਾਂ ਸਰਦਾਰ ਗੁਰਦੀਪ ਸਿੰਘ ਹੈ, ਇਹ ਵੀ ਵਿੱਚ ਸ਼ਾਮਿਲ ਹੈ। ਬਹੁਤ ਚੰਗਾ ਇਨਸਾਨ ਸੀ। ਇਹਦੇ ਕੋਲ ਬੈਠ ਕੇ ਗੱਲਾਂ ਬਾਤਾਂ ਹੋਈਆਂ, ਸਾਰੀਆਂ ਵਿਚਾਰਾਂ ਹੋਈਆਂ, ਅਤੇ ਇਹਨੇ ਗੱਲ ਕੀਤੀ ਵੀ ਸਾਨੂੰ ਜਿੰਨਾ ਸਮਾਂ ਸੀ ਨਿਸ਼ਚਿਤ ਕੀਤਾ ਠੀਕ ਹੈ। ਗੁਰਦੇਵ ਸਿੰਘ ਨੂੰ ਪੁੱਛਿਆ ਗਿਆ, ਗੁਰਦੇਵ ਸਿੰਘ ਨੇ ਬੜਾ ਠੱਠ ਕੇ ਜਵਾਬ ਦਿੱਤਾ, ਕਹਿਣ ਲੱਗੇ ਤੁਸੀਂ ਸਿੱਖ ਕੌਮ ਨੂੰ ਜਾਣਦੇ ਨਹੀਂ, ਇਹਨਾਂ ਦੀ ਬਹਾਦਰੀ ਨੂੰ ਤੁਸੀਂ ਜਾਣਦੇ ਨਹੀਂ। ਭੁਲੇਖੇ 'ਚੋਂ ਕੁਲਦੀਪ ਸਿੰਘ ਬਰਾੜ ਬਹੁਤ ਕ੍ਰੋਧ ਵਿੱਚ ਆ ਕੇ, ਗੁੱਸੇ ਵਿੱਚ ਆ ਕੇ ਕੁਝ ਸ਼ਬਦ ਬੋਲਦਾ, ਕਹਿਣ ਲੱਗਿਆ ਤੁਹਾਨੂੰ ਨਹੀਂ ਪਤਾ ਇਹ ਫੋਰਸ ਹੈ, ਇਹ ਮਿਲਟਰੀ ਹੈ, ਜਦੋਂ ਗੋਲੇ ਅਤੇ ਜਦੋਂ ਬੰਬਾਰੀ ਹੋਈ ਜਿਹੜੇ ਸ਼ਬਦ ਉਹਨੇ ਵਰਤੇ ਮੈਂ ਹੂ ਵਰਤਣ ਲੱਗਾ, ਉਹਨੇ ਆਖਿਆ ਵੱਡਿਆਂ ਦੀਆਂ ਪਤਲੂਣਾਂ ਢਿੱਲੀਆਂ ਹੋ ਜਾਂਦੀਆਂ ਨੇ, ਇਹ ਕੌਣ ਨੇ, ਪਿੰਡਾਂ 'ਚ ਉੱਠ ਕੇ ਆਏ ਲੋਕ ਨੇ, ਇਹਨਾਂ ਕੋਲ ਤਾਂ ਉਹ ਜਿਹੇ ਹਥਿਆਰ ਵੀ ਨਹੀਂ, ਸਾਧਨ ਵੀ ਨਹੀਂ। ਇਤਿਹਾਸਕ ਉਹਨੇ ਕਈ ਕੁਛ ਬੋਲਿਆ, ਪਰ ਗੁਰਦੇਵ ਸਿੰਘ ਨੇ ਅੱਗਿਓਂ ਕੁਛ ਨਾ ਕਿਹਾ। ਜਦੋਂ ਵਕਤ ਆਇਆ ਵੀ ਸਾਨੂੰ ਮਨਜ਼ੂਰੀ ਦਿਓ, ਗੁਰਦੇਵ ਸਿੰਘ ਨੇ ਉਦੋਂ ਮਨ੍ਹਾ ਕਰ ਦਿੱਤਾ। ਇਹਨੂੰ ਇਮੀਜੇਟ ਛੁੱਟੀ 'ਤੇ ਭੇਜ ਕੇ ਰਮੇਸ਼ ਇੰਦਰ ਸਿੰਘ ਨੂੰ ਉੱਥੇ ਲਾਇਆ ਗਿਆ ਅਤੇ ਉਹਨੇ ਮਨਜ਼ੂਰੀ ਦਿੱਤੀ। ਦੇਖੋ ਸਾਡੀ ਕੌਮ ਦੀ ਕਿੱਡੀ ਵੱਡੀ ਗਦਾਰੀ ਹੈ। ਉਹ ਰਮੇਸ਼ ਇੰਦਰ ਸਿੰਘ ਜਿਹੜੇ ਗੁਰਦੇਵ ਸਿੰਘ ਨੇ ਜਵਾਬ ਦਿੱਤਾ ਵੀ ਮੈਂ ਅੰਮ੍ਰਿਤਸਰ ਦੀ ਮਨਜ਼ੂਰੀ ਨਹੀਂ ਦਿੰਦਾ ਅਟੈਕ ਕਰਨ ਦੀ, ਉਹਨੂੰ ਤਾਂ ਪਾਸੇ ਕਰ ਦਿੱਤਾ ਗਿਆ। ਰਮੇਸ਼ ਇੰਦਰ ਸਿੰਘ ਨੂੰ ਬਾਦਲ ਨੇ 2 ਵਾਰੀ ਚੀਫ ਸੈਕਟਰੀ ਬਣਾਇਆ, ਉਹਨੂੰ ਇਨਾਮ ਮਿਲਿਆ ਸੀ ਸਿੱਖ ਕੌਮ ਦਾ ਲਹੂ ਪੀਣ ਦਾ। ਸਾਰੀ ਕਾਰਵਾਈ ਸ਼ੁਰੂ ਕਰਨ ਲੱਗੇ ਨੇ। ਕੁਲਦੀਪ ਸਿੰਘ ਬਰਾੜ ਨੇ ਇਹਨੇ ਇੱਕ ਆਪਣਾ ਬਹੁਤ ਨਜ਼ਦੀਕੀ, ਉਹਦਾ ਨਾਂ ਜਸਵੀਰ ਰਹਿਣਾ ਹੈ, ਉਹਨੂੰ ਅੰਦਰ ਭੇਜਿਆ ਵੀ ਜਨਰਲ ਸੁਬੇਗ ਸਿੰਘ ਨਾਲ ਗੱਲ ਕਰ। ਜਨਰਲ ਸੁਬੇਗ ਸਿੰਘ ਨਾਲ ਗੱਲ ਕੀਤੀ ਵੀ ਆਪਾਂ ਪਿਛਲੀਆਂ ਜੰਗਾਂ 'ਚ ਇਕੱਠੇ ਰਹੇ ਹਾਂ, ਮੰਨਿਆ ਸਰਕਾਰ ਨੇ ਤੇਰੇ ਨਾਲ ਕੁਝ ਇਹੋ ਜਿਹੀ ਊਚ ਨੀਚ ਕੀਤੀ ਹੈ, ਪਰ ਤੈਨੂੰ ਵਫ਼ਾਦਾਰ ਹੋਣਾ ਚਾਹੀਦਾ ਹੈ। ਤੂੰ ਇੱਕ ਕੰਮ ਕਰ, ਤੂੰ ਆਪਣੇ ਟਿਕਾਣੇ ਦੱਸ ਦੇ, ਹਥਿਆਰ ਦੱਸ ਦੇ, ਅਸੀਂ ਥੋੜ੍ਹੀ ਬਹੁਤੀ ਖੜਕਾ ਖੜਾਕ ਜਿਹਾ ਕਰਕੇ ਅਤੇ ਤੁਸੀਂ ਹੱਥ ਖੜ੍ਹੇ ਕਰਕੇ ਬਾਹਰ ਆ ਜਾਇਓ, ਅਸੀਂ ਤੁਹਾਨੂੰ ਗ੍ਰਿਫਤਾਰ ਕਰ ਲਾਂਗੇ ਅਤੇ ਸੌਖਾ ਜਿਹਾ ਕੰਮ ਨਿਬੜ ਜਾਏਗਾ, ਕਾਹਨੂੰ ਲਹੂ ਪਹਾਉਣਾ ਹੈ। ਜਸਵੀਰ ਰੈਣਾ ਨੇ ਜਾ ਕੇ ਜਨਰਲ ਸੁਬੇਗ ਸਿੰਘ ਨਾਲ ਗੱਲ ਕੀਤੀ ਅਤੇ ਉਹਨੇ ਟਿਕਾਣੇ ਵੀ ਦਿਖਾਏ ਅਤੇ ਅਸਲਾ ਵੀ ਦਿਖਾਇਆ ਜਨਰਲ ਸੁਬੇਗ ਸਿੰਘ ਨੇ। ਜਸਵੀਰ ਰੈਣਾ ਹੁਣ ਜਾ ਕੇ ਵਾਪਸ ਕੁਲਦੀਪ ਬਰਾੜ ਨੂੰ ਰਿਪੋਰਟ ਦਿੰਦਾ ਵੀ ਉਹਨੇ ਇਹ ਟਿਕਾਣੇ ਦਿਖਾਏ ਨੇ ਅਤੇ ਆਹ ਅਸਲਾ ਦਿਖਾਇਆ,
उस वेले कुलदीप बराड़ खिड़खिड़ा के हसिया कहन लग्या, हंडिया होया जरनैल सजना, तेनू उन्हें एक भी हथियार वो नहीं दिखाया जिदे आसरे अंदर बैठा है। इन्हों के आसरे थोड़ा बैठा जेड़े तेन दिखा के तोड़ दिता, ये टिकाने थोड़ा नहीं वो जेड़े टिकाणिया की तू गल करना, बहुत हंडिया होया जरनैल आ, वो तू उन्हू ना समझ, और मतलब पेशकश ठुकरा दिती गई सी। जदों और कुछ ना बनिया तो पहली तरीक न उदों करीब 8 घंटे सवेरे 10 बजे तो शुरू की, 8 घंटे अंधाधुंध गोली चलाई गई, जिदे चो 32 गोलियां पहली बारी दरबार साहब च लगिया सी। करीब 1 दर्जन के करीब सिख संगत जिहड़ियां ने उहदे चो जख्मी हुई, कुछ शहीद हुए, करीब 1 दर्जन के नेड़े शहीद हो गए। मैं एक बेनती होर करदी आं, इत्थों ही शुरू करांगा गल। देखो ये इंसानियत नाते कोई भी थर्ड परसन कोई पढ़े, मैं हमेशा बेनती करना भी साके नू कोई सुने कोई पढ़े, एक से एक कौम लई नहीं है, इंसानियत नाते कोई भी विचारे तुसी सोच के देखो भी गुरु अर्जन पातशाह जी का गुरपुरब है उदो 3 जून ते सिख संगत गुरु अर्जन पातशाह का गुरपुरब मनाउण आईयां होईयां ने, जे हो जा कहर करना 2 दिन पहले ही कर लेंगे, कम से कम आम संगत आई हुई थे, पर उन्होंने तो नस्ल कुशी करनी सी ना सिखो, उन्हां दी भावना केवल दरबार साहब ते अटैक करना नहीं सी। सिख संगत आई हुई है गुरु अर्जन पातशाह का पुरब मनाने वास्ते, पहली तरीक नूं अंधाधुंध गोली चलाई गई, और ये जनरल सवेक सिंह ते संत जरनैल सिंह होरां दे सिखाए हुए गुरु के सूरिया ने एक भी गोली का जवाब नहीं दिता, किधरों तो भी दरबार साहब के अंदरों कोई गोली नहीं चलाई गई, ताकि उन्होंने क्योंकि हंडे वरते बंदे वो भी सन, जनरल कुलदीप बराड़ ने यह प्रगट किया भी तुसी गोलियां चलाओ, जितों जितों गोलियां की वापसी आई उतों वापस फैर आए तो सानू पता लग जाएगा भी ए टिकाने ने। पर सूरिया ने एक भी गल का जवाब ना दिता, रात को गोलाबारी बंद कर दी गई। 1 जून की गल है, 2 जून को बड़ी लड़खड़ाई आवाज में बड़ी मकारी के नाल बड़ी बेईमानी दी नाल इंदिरा गांधी ने रेडियो टीवी ते, उदो टीवी टामे टामे होंदे सी, रेडियो टीवी ते एक ऐलान किया भी मैं किन्नी बारी चाहती सी सिखां नाल बैठ के गल कर ली जाए, झगड़ा बैठ के नबेड़ लिया जाए, जिहड़े इतराज ने सानू दसण, पर गल हो नहीं सकिया। मैं हजे भी चाहनी है भी जे ये बैठ के मसला हल हो जाए। ये 2 तरीक नू इंदिरा गांधी का भाषण वार वार सुनाया गया, लेकिन हैरानी की गल ये है 27 मई तक सिख लीडर इंदिरा गांधी ना गल करते रहे भी किसे तरीके मंगा मन लवे। 1900 मैं आनंदपुर साहब के मते दियाँ गल्लां तू कुछ ही तुहाडे नाल कर सकिया, बाकी छड्ड दित्तियां, उहदे चों बहुतात गल्लां ऐसियां ने जिहड़ियां समुची इंसानियत लई ने, ना कि सिख कौम लई ने। जिवें थाने च कोई भी धी भैण रात ना कट्टे, थाने चो रात ना कट्टे, अगर पूछताछ करनी है दिने उहदे परिवारक मैंबरां दे सामने पूछताछ कर ली जाए। उहने च कि इकल्ले पंजाब दी गल सी। मैं वापस चला, ऐलान किया गया भी इहदे कोलों बैठ के मसला हल कर लिया जाए, पर वो उहदा बाहरी लोकां नूं भटकाउणा सी। ये 2 जून की गल है। रात पै गई, 3 जून नूं फिर दुबारे प्रबंध किया गया, 3 जून नूं सारी आवाजाई ईवन दैन साइकिल भी कोई चलावे सड़क ते वह भी नहीं कबूल, ट्रेन हवाई किसी अपनी परसनली कार च कोई सरकारी ट्रांसपोर्ट किसी भी किस्म की
आवाजाई हर तरीके बंद कर दी गई। अजमेर सिंह ने बड़े प्यारे शब्द लिखे ने, मैं खूब खूब शब्द थोड़े न वरतन लगा। 20वीं सदी सिख राजनीति, ये पहला वक्त सी जदों पंजाब नूं देश तो वखरा कर दिता गया, अमृतसर नूं पंजाब तो वखरा कर दिता गया, अमृतसर दे विचों दरबार साहिब नूं अमृतसर साहिब तो वखरा कर दिता गया। इन्ने घेरे बना दिते गए सख्त, हर तरीके एक बहुत कड़ा करफ्यू ला दिता गया भी कोई भी घरों बाहर निकलता है वह गोली बज सकती है। लोग अपने घर च बैठे ने, 4 तरीक 3 तरीक की रात है, 4 की सवेर शुरू होन लगी है। 4 तरीक नूं सवेरे 4:40 दे उत्ते पूर्ण तौर ते अंधाधुंध गोलियां सारा कुछ शुरू कर दिता गया। बाबा जरनैल सिंह होरां ने तिखी तकरीर दिती, गुरु जोधियो जिस वक्त की गल करते वो वक्त आ गया है। अपना ध्यान गुरु चरणों विच जोड़ के डट के मुकाबला करना। जनरल दयाल ने एक गल कही सी, रणजीत सिंह दयाल ने गल कही सी, मैं 30 साल कई जंगा च हिस्सा लिया, मैं अपने 30 साल के समय विच कदे भी यहोजी फायर पावर नहीं वेखी जिहोजी अंदरों गुरु के सिखा ने दिखाई है। मैं एक निक्का जिहा दृष्टांत, अज लम्मी गल चलनी है, समय की भी अवग्या होगी माफ करना, पर मैं एक निक्का जिहा दृष्टांत दे के गल अगे तोड़ देनी है। बिल्कुल असामी जंग है, सिख लड़ते ही असामी जंग रहे ने। सरसा के किनारे कदे जंग देखियो, लखां दीआं फौजां ने ते आनंदपुर साहब तो निकलण वाले गुरु दे लाडले ते गुरु गोबिंद सिंह जी। चमकौर साहब की जंग देखियो जे, सारा गढ़ी की जंग देखियो जे, किन्नियां जंगां ने जिहड़ियां सिखां ने असामियां लड़ियां ने। अज भी ये असामी जंग है, एक पासे लखां की फौज है, दूजे पासे 250 सिंह 200 सिंह अंदर दरबार साहब दे ने। फौज दे कोल हर एक आधुनिक हथियार है, इन्हें कोल उन्ने हथियार भी नहीं। उन्हें कोल खाण पहनण दा सारा समान है, बदल बदल के ड्यूटियां लगदियां ने, इन्हें 24 घंटे सूरिया ने जुड़ना है। किसी भी एक पक्ष विच इन्हां दे बराबर की गल नहीं, पर फिर भी धन नहीं हो गुरु सूरे। मैं अक्सर बेनती करना, लड़न लई जूझण लई जरूरी नहीं हथियार होवन, जरूरी नहीं फौजा ही होवन, पर उन्हां सूरिया दे अंदर इको एक चाह सी। अज वो वक्त आ गया है, जेड़ा कबीर मोहे मरने का चौग है, मरो तो हर के द्वार, मत हर पूछे कौन है, पर हमारे बार। मेरे वर्गे नूं उम्र हंडा चुके हुए बंदे नूं मरन लग्या भी पुछो तेनू की अंतम इच्छा, वह कदे कहेगा मेरी पोती नूं बुला दियो, कदे कहेगा मेरे दोतरे नूं बुला दियो। धन ने ओह गुरु के सूरमे जेड़े मुख तो बाणी पढ़ रहे ने, हत्थां च हथियार ने, संसार दे भले दी जंग लड़ रहे ने। 4 तरीक नूं 4:40 ते हमला कर दिता गया। उन्हां नूं नहीं सी पता भई इहो जिहा साडे नाल सलूक हो सकदा है, चित चेता भी नहीं सी। दुपहर दे वक्त जदों ना कोई चारा चलिया, एक वड्डी टैंकी पानी दी उहदे ते गोला मार के पानी दी टैंकी ढा दित्ती गई। दरबार साहब समुचे दे अंदरों पानी का जिहड़ा कनैक्शन वो खत्म हो गया, किते भी हुण समुची इमारत विच पानी नहीं जांदा। शाम होण लगी, गोलाबारी उवें चलदी है, शाम होण लगी ते शाम नूं बिजली का कनैक्शन भी कट दिता गया, हनेरा हो गया, हुण कोई साधन नहीं, उवें ही चलदे ने।
इस रात नूं भी बहुता नुकसान होया मिलटरी का, क्योंकि उन्होंने अपनियां सोचां मुताबक उन्हां दी विचार सी, चिट चेता भी नहीं सी। जनरल सुवेक सिंह ने जिहड़ियां पौड़ियां उतरदियां ने, पौड़ियां तो करीब 6-6 इंच उच्च, धरती तो 6-6 इंच उच्चा, हरेक पौड़ी दे स्टैप तो 6 इंच उच्चा, उत्थे छोटा जिहा एक शेक बनाया होया सी। ओ जदों मिलटरी वाले कमांडो आउंदे सी, बहुत ट्रेंड बंदे आउंदे सी, ओह ठड्डियां ही गोलियां वज के उत्थे ढेरी हो जांदे सी। ते जनरल कुलदीप नूं त्रिलियां आ गईयां। मैं ते सोचदा सी कुछ ही समय दे विच असीं इह कर लांगे, पर मैनूं समझ नहीं आती भी मेरे बंदे जांदे किथे ने। समझ नहीं सी आ रही भी उपरों फायरिंग हुंदी होएगी। 4 तरीक दी रात भी इवें लंघी, 5 तरीक आ गई, 5 जून का वक्त आ गया। योधे लड़ रहे ने, 5 जून नूं सारी दिहाड़ी गोलाबारी चली। कुछ सिंघां ने दुनिया की ताकत कहाउण वाली मिलटरी नूं अंदर आउण नहीं दिता, अंदर तक पहुँचण नहीं दिता। आखिर 5 तरीक रात नूं कुलदीप बराड़ ने यह गल कही भी जो मैं समझदा सां उस तो बिल्कुल उल्ट होया। मैं चाह कागजां दे माडलां ते प्रैक्टिस करवाउंदा रहा, मैनू नहीं सी पता सच हकीकत विच लड़ाई इवें दी हुंदी है। 5 तरीक रात नूं विचार बनाई भई आपां नूं अंदर एक बख्तरबंद गड्डी भेजनी चाहीदी है जिहदे उत्ते कोई असर नहीं हुंदा। ਉਹ ਬਖਤਰਬੰਦ ਗੱਡੀ ਰਾਤ ਨੂੰ 5 ਤਰੀਕ ਦੀ ਰਾਤ ਨੂੰ ਭੇਜੀ ਗਈ, ਪਰ ਗੁਰੂ ਕੇ ਸਿੱਖਾਂ ਨੇ ਰਾਕਟ ਲਾਂਚਰ ਦੇ ਨਾਲ ਉਹਨੂੰ ਵੀ ਉਡਾ ਦਿੱਤਾ। ਫਿਰ ਉਹਨੇ ਇੰਦਰਾ ਗਾਂਧੀ ਤੋਂ ਪਰਮਿਸ਼ਨ ਲਈ, 5 ਤਰੀਕ ਦੀ ਰਾਤ ਨੂੰ ਤੜਕਾ ਹੋ ਚੱਲਿਆ ਹੁਣ, ਫਿਰ ਪਰਮਿਸ਼ਨ ਲਈ ਵੀ ਸਾਨੂੰ ਅੰਦਰ ਟੈਂਕ ਵਾੜਨ ਦੀ ਆਗਿਆ ਦਿਓ, ਸਾਡੇ ਕੋਲੋਂ ਕਾਬੂ ਨਹੀਂ ਆ ਰਿਹਾ। ਅਤੇ ਟੈਂਕ ਵਾੜਨ ਦੀ ਆਗਿਆ ਦੇ ਦਿੱਤੀ। ਟੈਂਕਾਂ ਦੇ ਨਾਲ 2 ਕੰਮ ਸੀ, ਨੰਬਰ 1 ਤਾਂ ਉਹਨਾਂ 'ਤੇ ਸਰਚ ਲਾਈਟ ਬਹੁਤ ਤਿੱਖੀ ਸੀ ਜਿਹਦੇ ਨਾਲ ਸਾਹਮਣੇ ਵਾਲੇ ਬੰਦਿਆਂ ਨੂੰ ਕੁਛ ਨਹੀਂ ਸੀ ਦਿਖ ਸਕਦਾ ਵੀ ਅੱਗਿਓਂ ਕੀ ਆ ਰਿਹਾ, ਇੰਨੀ ਤਿੱਖੀ ਲਾਈਟ ਸੀ। ਦੂਜਾ, ਉਹ ਟੈਂਕਾਂ ਦੇ ਨਾਲ ਤੋਪਾਂ ਦੇ ਨਾਲ ਅਤੇ ਉਹ ਸਿੱਧਾ ਗੋਲਾਬਾਰੀ ਹੋ ਸਕਦੀ ਸੀ। ਜਦੋਂ ਉਹ ਬਾਬਾ ਗੁਰੂ ਰਾਮਦਾਸ ਵਾਲੇ ਲੰਗਰਾਂ ਵਾਲੇ ਪਾਸੇ ਤੋਂ ਉੱਧਰਲੇ ਪਾਸੇ ਤੋਂ ਲਿਆਂਦਾ ਟੈਂਕ, ਉਹ ਪਹਿਲੇ ਹੀ ਟੈਂਕ ਕੁਦਰਤ ਦਾ ਭਾਣਾ ਵਰਤਿਆ, ਬਾਬਾ ਦੀਪ ਸਿੰਘ ਦੇ ਅਸਥਾਨ ਕੋਲ ਉਹ ਧਸ ਗਿਆ, ਅੱਗੇ ਨਾ ਆਇਆ। ਆਖਿਰਕਾਰ ਫਿਰ ਪ੍ਰਬੰਧ ਕੀਤੇ ਗਏ ਅਤੇ ਤੋਪਾਂ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦਾ ਬਹੁਤਾ ਹਿੱਸਾ ਜਿਹੜਾ ਸੀ ਉਹ ਢਹਿ ਢੇਰੀ ਕਰ ਦਿੱਤਾ ਗਿਆ। ਇਹ 6 ਤਰੀਕ ਹੁਣ ਸਵੇਰ ਹੋ ਚੱਲੀ ਹੈ। ਉਸ ਵੇਲੇ ਸੰਤ ਜਰਨੈਲ ਸਿੰਘ ਨੇ, ਜਿਹੜੇ ਅੰਦਰ ਥੋੜ੍ਹੇ ਜਿਹੇ ਸਿੰਘ ਰਹਿ ਗਏ ਸਨ, ਫਤਿਹ ਬੁਲਾ ਕੇ ਇੱਕ ਗੱਲ ਕਹੀ, ਕਹਿੰਦੇ ਸਿੰਘੋ ਜਿਸ ਜਿਸ ਵੀ ਸਿੰਘ ਨੇ ਸ਼ਹੀਦੀ ਪਾਈ ਹੈ ਮੈਂ ਉਹਨਾਂ ਦਾ ਦਿਲੋਂ ਰਿਣੀ ਹੈ। ਪਤਾ ਨਹੀਂ ਉਹ ਮਾਵਾਂ ਨੇ ਕਿਵੇਂ ਆਪਣੇ ਜਵਾਨ ਪੁੱਤ ਤੋੜ ਦਿੱਤੇ। ਜਿਸ ਜਵਾਨ ਧੀ ਪੁੱਤ ਦਾ ਵਿਛੋੜਾ ਮਾਂ ਬਾਪ ਇੱਕ ਪਲ ਵੀ ਨਹੀਂ ਸਹਾਰਦੇ, ਉਹਨਾਂ ਨੇ ਕੌਮ ਦੀ ਖਾਤਰ ਉਹਨਾਂ ਨੂੰ ਤੋੜ ਦਿੱਤਾ। ਔਰ ਮੇਰੇ ਇੱਕ ਬੋਲ ਦੇ ਉੱਤੇ ਉਹਨਾਂ ਨੇ ਸ਼ਹਾਦਤਾਂ ਦੇ ਜਾਮ ਪੀ ਲਏ। ਹੁਣ ਕਿਤੇ ਅਜਿਹਾ ਕਾਰਨ ਨਾ ਬਣ ਜਾਏ ਭਈ ਆਪਾਂ ਅੰਦਰ ਹੋਈਏ ਅਤੇ ਕੋਈ ਛੱਤ ਦਾ ਹਿੱਸਾ ਡਿੱਗ ਕੇ ਅਤੇ ਅੰਦਰ ਹੀ ਖਤਮ ਹੋ ਜਾਈਏ। ਮੈਂ ਇਵੇਂ ਦੀ ਸ਼ਹੀਦੀ ਨਹੀਂ ਲੈਣਾ ਚਾਹੁੰਦਾ, ਮੈਂ ਡਟ ਕੇ ਸ਼ਹੀਦ ਹੋਣਾ ਚਾਹੁੰਦਾ। ਕੁਝ ਸਿੰਘਾਂ ਨੇ ਬੇਨਤੀ ਕੀਤੀ, ਬਾਬਾ ਜੀ ਜੇ ਆਪਾਂ ਚਮਕੌਰ ਸਾਹਿਬ ਦੇ ਇਤਿਹਾਸ ਨੂੰ ਦੁਹਰਾ ਲਈਏ। ਕਹਿਣ ਲੱਗੇ ਦੱਸੋ, ਕਹਿਣ ਲੱਗੇ ਕੌਮ ਕੋਲ ਬੜੀ ਔਖੀ ਮੁੱਦਤ ਬਾਅਦ ਕੋਈ ਇਹੋ ਜਿਹਾ ਲੀਡਰ ਮਿਲਦਾ, ਤੁਸੀਂ ਨਿਕਲ ਜਾਓ। ਸੰਤ ਜਰਨੈਲ ਸਿੰਘ ਨੇ ਆਖਿਆ, ਅੱਜ ਮੈਂ ਆਪਣੇ ਬੋਲਾਂ ਤੋਂ ਝੂਠਾ ਨਹੀਂ ਹੋਣਾ ਚਾਹੁੰਦਾ, ਜੋ ਕਿਹਾ ਮੈਂ ਉਹ ਕਰਨਾ ਚਾਹੁੰਦਾ। ਸੂਰਬੀਰ ਬਚਨ ਕੇ ਬਲੀ, ਅਤੇ ਆਖਿਰਕਾਰ
भाई अमरीक सिंह, संत जरनैल सिंह नाल कुछ होर सिंह वो बाहर निकले ते बाहर निकल के डट के मुकाबला करदिया होया जयकारिया की गूंज विच आखिर संत जरनैल सिंह जी शहादत का जाम पी गए। नाल ही कुछ समय बाद भाई अमरीक सिंह शहादत का जाम पी गए। ये 6 जून सवेर का वक्त है जिथे मीरी पीरी दे दो निशान साहब ने उहदे लागे संतां दी शहादत होई। जनरल सुबेग सिंह की लाश नूं थल्ली कढ़िया गया सी पर उहदी लाश की हालत देख के लगता सी भई इहनूं बहुत तसीहे दे के शहीद किया होगा। बहुत कहर करिया होया सी उहदी लाश दे उत्ते पईआं होईआं घासां सहारिया होया सितम उहदे शरीर का एक एक अंग गवाही दिंदा सी। उस तो बाद विच मैं थोड़ा जिहा हाल अंदर दा तुहाडे नाल सांझा करना चाहुंदा। दरबार साहिब अंदर 5 तरीक सवेरे तड़के एक जत्था पहुंचिया सी केवल भाई अमरीक सिंह, भाई गुरचरण सिंह, भाई बलवंत सिंह। और तुसी हैरान होवोगे उहदे चो अमरीक सिंह अते भाई बलवंत सिंह दोवें नेत्रहीण ने, दोनों दी अखां नहीं। केवल बलवंत सिंह उहनां नूं पकड़ के लेके जा रहा है ते रौला पाउंदा जा रहा भी असीं तां दरबार साहिब कीर्तन करदे तां नेत्रहीण ने, किधर दे अतवादी हो सकदे ने। पर किसे इक गल बिना पुछी लाची बेरी दे नेड़े गोलियां मार के उन्हां सारियां सिंघां नूं शहीद कर दिता। उस तो बाद विच अंदर एक अखंड कीर्तनी जथे नाल संबंधित सिंह सी भाई अवतार सिंह पुरोवाल। बड़ा प्यार करदे ने कीर्तन नाल, उन्हें अरदास कीती धन गुरु रामदास जी हाले तां असीं बैठे हैं, उन्ना चिर तक कीर्तन करांगे जिन्ना चिर तक वाह लगती है। भाई अवतार सिंह ने लमेरा समा कीर्तन किया बिना पानी तो। भुखण भाणिया ने अत की गर्मी कहर, शायद तुहानूं पता होगा भी अमृतसर शहर सब तो ज़्यादा हॉट है, गर्मियों के विच सब तो ज़्यादा गर्म रहिंदा है। जून का महीना होवे पानी ना होवे गले सुक गए, आखिर बैठे वाहिगुरू वाहिगुरू करन लग पए। महाराज की हजूरी विच बैठे ने भाई अवतार सिंह जी ते एक गोली आई, कुछ एक शरे आए किसे पंब दे कुछ हिस्सा ते उहदे पट नूं उड़ा के रख दिता। वगदे खून नाल वाहिगुरू वाहिगुरू कहिंदे होइआं धन गुरु ग्रंथ साहिब सच्चे पातशाह दे लागे शहादत दा जाम पी गया सिंह। इहदे नाल ही होर कई अखंड कीर्तनी जथे नाल संबंधित ते अंदर शहीद हो गए। बाहर दा हाल, बाहर फौजियां ने सरां दे कमरियां चों कढ के एक एक कमरे च लोड़ तो वधीक अंदर डके हुए सन। अंदर कमरियां चों कढ के सारियां दे सिरां दियां पग्गां उतार के हाथ पिछे बन के केवल कशहरे पाए ने, बाकी कपड़े नहीं। माफ करियो मैं शब्द वरतना है, कईयां दे कशहरे भी नहीं। तपदे फर्श उत्ते जून के महीने लटा दिता गया। जे हिलदे ने तां गोली बजदी है, जे नहीं हिलदे तां तत्ती तवी वर्गा फर्श उहनां नूं साड़ रिहा है। मेरे कोल शब्द नहीं,
जिन्हां शब्दां विच मैं बयान कर सकां भी उन्हां नूं उस वेले मौत किवें आई होएगी, मेरे कोलों शब्द नहीं। किसे दे संगीना, किसे दे किसे तरीके जिंदगी दा अंत कर दिता गया। कंध नाल लाए गए ने, मुँह कंध वल किया हुआ है, गोलियां मार रहे ने। किसी ने लिखा एक मुसलमान सी, क्योंकि जेडे छे बंदे सन प्रमुख, उन्हां च चार सिख ने, एक मुसलमान है, एक हिंदू है, ते जदों उन्हां दे गोलियां मार रहे सन, उन्हां चों एक आया, उन्हें रोकिया, गोलियां क्यों मार रहे हो, इन्हां नूं रोक दिओ। उत्थे ही जदों बाहर कढ़िया गया, ते एक बीबी, उहदा शायद पोतरा होवेगा जां दोतरा होवेगा, उह तड़फदा है, उहदियां अक्खां निकलण वालियां हो गईआं ने, शायद चंद सवास होणगे उहदे कोल। उहने सोचिआ अपने बच्चे दे मूँह नूं पाणी ला दिआं, टुटदी सवासां दी लड़ी शायद जुड़ जाए। जदों पानी दा बुक भरिया ते उहदे विच पानी थोड़ा ते लहू बहुता सी, आखर उहने पानी डोल दित्ता, पुत वे मैं तैनू शहीदां दा खून नहीं पिला सकदी। बच्चा तड़फदा होया उस मां दी गोद विच चढ़ाई कर गया। परकर्मा विच लाशां पईआं ने, एक मां दी लाश पई है, उहदे कोल एक बच्चा शायद 2-2.5 सालां दा होवेगा। ਉਹ ਬੱਚਾ ਜਦੋਂ ਤੇ ਥੱਲੇ ਉਤਰਦਾ, ਫਰਸ਼ ਗਰਮ ਲੱਗਦਾ, ਆਪਣੀ ਮਾਂ ਦੇ ਉੱਤੇ ਹੀ ਬੈਠ ਕੇ ਵਾਰ ਵਾਰ ਮਾਂ ਦੀ ਚੁੰਨੀ ਖਿੱਚਦਾ, ਉਹਨੂੰ ਵਾਰ ਵਾਰ ਕਹਿੰਦਾ, ਉੱਠ ਮਾਂ ਤੂੰ ਕਿਉਂ ਨਹੀਂ ਉੱਠਦੀ, ਕਦੇ ਖੜਾਕ ਤੋਂ ਡਰਦਾ, ਵਾਰ ਵਾਰ ਉਠਾਉਂਦਾ। ਦੂਰ ਖਲੋਤੀਆਂ ਕੁਝ ਬੀਬੀਆਂ ਨੇ, ਮਾਂ ਤੇ ਮਾਂ ਹੁੰਦੀ ਹੈ ਨਾ, ਦੂਰ ਖਲੋਤੀਆਂ ਕੁਝ ਬੀਬੀਆਂ ਨੇ ਉੱਥੇ ਖੜੇ ਪੁਲਿਸ ਮਿਲਟਰੀ ਵਾਲਿਆਂ ਨੂੰ, ਫੌਜ ਵਾਲਿਆਂ ਨੂੰ, ਫੌਜੀਆਂ ਨੂੰ ਬੇਨਤੀ ਕੀਤੀ, ਭਈ ਆ ਬੱਚਾ ਕੋਈ ਤਰਫਦਾ, ਇਹਦੀ ਮਾਂ ਚੜ੍ਹਾਈ ਕਰ ਗਈ, ਇਹਨੂੰ ਪਤਾ ਨਹੀਂ ਹੈ, ਇਹਦਾ ਬੱਚਾ ਤੁਸੀਂ ਬਾਹਰ ਭੇਜ ਦਿਓ, ਇਹਦੀ ਕਿਸਮਤ ਹੋ ਜਾਏਗੀ, ਬਚ ਜਾਏਗਾ, ਨਹੀਂ ਹੋਏਗਾ ਤਾਂ ਨਾ ਸਹੀ, ਪਰ ਇਹਨੂੰ ਤਾਂ ਐਵੇਂ ਤੜਫਾਓ ਨਾ, ਬਾਹਰ ਭੇਜ ਦਿਓ, ਸਾਡੇ ਕੋਲੋਂ ਦੇਖ ਨਹੀਂ ਹੁੰਦਾ। ਫੌਜੀ ਗਿਆ ਅਤੇ ਉਹਨੇ ਬੱਚੇ ਨੂੰ ਪਕੜਿਆ, ਲੱਤ ਤੋਂ ਪਕੜ ਕੇ ਦਰਬਾਰ ਸਾਹਿਬ ਦੀ ਪਰਿਕਰਮਾ ਦੀ ਕੰਧ ਨਾਲ ਠਾ ਕਰਕੇ ਮਾਰ ਕੇ ਬੱਚਾ ਸਾਹਮਣੇ ਸ਼ਹੀਦ ਕਰ ਦਿੱਤਾ ਗਿਆ। ਮਾਵਾਂ ਦੀਆਂ ਤਾਹਾਂ ਨਿਕਲ ਗਈਆਂ, ਕਮਲਿਆ ਇੱਧਰ ਤਾਂ ਤੈਨੂੰ ਨਾ ਹੀ ਦੱਸਦੀਆਂ। ਜਦੋਂ ਕਿਸੇ ਨੇ ਪਾਣੀ ਮੰਗਿਆ, ਫੌਜ ਵਾਲਿਆਂ ਨੇ ਜੱਗ ਲੈ ਕੇ ਪਾਣੀ ਦਾ ਅਤੇ ਉਹਦੇ ਵਿੱਚ ਸਿਗਰਟਾਂ ਘੋਲ ਕੇ ਦਿੱਤੀਆਂ, ਤੁਹਾਡੇ ਗੁਰੂ ਦਾ ਪ੍ਰਸ਼ਾਦ ਹੈ, ਧੰਨ ਨੇ ਉਹ ਗੁਰੂ ਕੇ ਸਿੱਖ ਜਿਨ੍ਹਾਂ ਨੇ ਮੁੱਖ ਨੂੰ ਪਾਣੀ ਨਾ ਲਾਇਆ। ਉਸ ਤੋਂ ਬਾਅਦ ਇਹ ਜ਼ਿਕਰ ਮੈਂ ਅਕਸਰ ਕਰਦਾ ਆਉਂਦਾ, ਜਦੋਂ ਵੀ ਕਦੇ ਵਕਤ ਬਣਦਾ। ਇੱਕ ਨੌਜਵਾਨ ਜੋੜਾ ਦਰਬਾਰ ਸਾਹਿਬ ਦਰਸ਼ਨ ਕਰਨ ਆਇਆ ਹੋਇਆ ਸੀ, ਉਹਨਾਂ ਕੋਲ ਵੀ ਕਰੀਬ 1.5 ਸਾਲ ਦੇ ਨੇੜੇ ਇੱਕ ਬੱਚਾ ਹੈ। ਉਹ ਬੀਬੀ ਆਪਣੇ ਪਤੀ ਨੂੰ ਪਿਆਰ ਕਰਦਿਆਂ ਹਾਲਾਤਾਂ ਤੋਂ ਡਰਦੀ ਹੋਈ, ਆਪਣਾ ਪਤੀ ਪਿੱਛੇ ਹੈ, ਆਪ ਉਹਦੀ ਬਾਂਹ ਪਕੜੀ ਹੋਈ ਹੈ, ਇੱਕ ਹੱਥ ਬਾਂਹ ਨਾਲ ਆਪਣੇ ਬੱਚੇ ਨੂੰ ਸਾਂਭਿਆ ਹੋਇਆ, ਉੱਚੀ ਉੱਚੀ ਪੁਕਾਰਾਂ ਕਰਦੀ ਹੈ, ਮੇਰਾ ਪਤੀ ਸਰਕਾਰੀ ਨੌਕਰੀ ਕਰਦਾ ਹੈ, ਅਸੀਂ ਤਾਂ ਗੁਰੂ ਅਰਜਨ ਪਾਤਸ਼ਾਹ ਦੇ ਸ਼ਹੀਦੀ ਪੁਰਬ 'ਤੇ ਆਏ ਸਾਂ, ਸਾਨੂੰ ਨਹੀਂ ਪਤਾ। ਉੱਚੀ ਉੱਚੀ ਬੀਬੀ ਬੋਲਦੀ ਹੈ, ਸ਼ਾਇਦ ਮੇਰੀ ਪੁਕਾਰ ਕਿਸੇ ਦੇ ਕੰਨਾਂ ਤੱਕ ਪਹੁੰਚ ਜਾਏ, ਗੋਲੀ ਨਾ ਚਲਾਇਓ, ਜੇ ਇਹ ਮਾਪਿਆਂ ਦਾ ਇਕਲੌਤਾ ਪੁੱਤਰ ਹੈ, ਅਫਸਰ ਹੈ। ਪਰ ਕਿਸੇ ਇੱਕ ਨਾ ਸੁਣੀ, ਕੁਝ ਗੋਲੀਆਂ ਆਈਆਂ, ਉਹਦੇ ਪਤੀ ਨੂੰ ਸ਼ਹੀਦ ਕਰ ਗਈਆਂ, ਹੱਥ ਵਿੱਚੋਂ ਹੱਥ ਦੇਖਦਿਆਂ ਦੇਖਦਿਆਂ ਛੁੱਟ ਗਿਆ। ਜਦੋਂ ਉਹ ਤੜਫਦਾ ਹੋਇਆ ਧਰਤੀ 'ਤੇ ਪਿਆ, ਪਤਨੀ ਹੈ ਨਾ ਕੋਲ ਖਲੋ ਗਈ,
दिल करदे मैं चुक के किसे बन्ने ले जा, पर पति ने अग्गों आवाज मारी, कहन लगे भलीए तू जा, मैं मापियां दा कल्ला पुत सां, बड़ी गरीबी च पढ़ाया उन्होंने, उन्होंने अथरू पूंजन वाला कोई नहीं होगा, तू वापस जा, मेरे मापियां नू पुत बन के पाल लवी, उन्हां दी संभाल कर लवी, तू जा, मैनू छड़ दे मेरे हालातों ते। गल्लां करदियां करदियां श्वास मुक गए, उठी खलोती ने अपने सिर दा दुपट्टा अद्धा पाड़िया, अपने पति दे चेहरे ते पाके लै साइयां, बस इन्ना ही कर सकदी है, पति दे चेहरे उत्ते कफन पाके अद्धे दुपट्टे दा तुर चली है, मैं अपने पुत नूं पालांगी, मापियां दी सेवा करांगी। जदों बाहर निकल वास्ते मोड़ ते खलोती है, गोद विच पुत्तर है, जी कीता एक बारी मैं पिछा परत के अपने पति नूं वेख लां, जदों पिछा परत के पति नूं वेखण लगी, फिर गोली आई चंदरी, उहदी गोद विच फकड़े हुए बच्चे नूं उसे वेले खत्म करके लहू नाल भिज्जी गई वह बीबी, अपने पुत समेत फिर पति कोल आ गई। जिस कपड़े दे थले पति सी, उस ही दुपट्टे दे थले अपने पुत नूं लटा के कहन लगी, लै साइयां, तेरा पुत भी साथ छड़ गया, पर तेरे बोलां ते मैं पहरा देंगी, मैं तुर चली हैं घर नूं। उत्थों तुरन लगी है, अचानक कुछ कदम अगां गई, उहदे भी गोली बजी, जदों उह भी जख्मी होई ते इक अरदास कर दियो, धन गुरु रामदास, बाकियां तो पछोड़ा पै गया, सानू तां तिन्नां नूं कट्ठे कर दे। कूणियां पार तुरदी गई, अपने पति कोल आ गई, साइयां तूं भी तुर गया, तेरा पुत भी तुर गया, मैं भी आ गई हैं। कितना कु कहर होया, समा मैनू आकिया नहीं दिंदा। उत्थे लाशां दा इन्ना बुरा हाल हो गया सी, बदबू आउण लग पई सी, लमेरा समा हो गया सी, बाहर भी फौज जिहड़ी है गंगा नगर तो पहले फौजी जिहड़े वह बागी होए सन, डर लग्या फौज बागी हो रही है, हालातों नूं काबू करन लई फटाफट लाशां नूं चुकना चाहिया, पर कोई साधन नहीं। आखिर म्यूजिपल कमेटी दीयां गड्डियां मंगवाईयां जिहड़ियां गंदगी ढोंदियां ने, शायद तुहानूं याद होवेगा 1984 दे नेड़े अजोकियां टॉयलेटां नहीं सी बणियां जिहड़ियां अज ने, होर किस्म दीयां सन, ਉਹ ਗੰਦ ਢੋਣ ਵਾਲੀਆਂ ਗੱਡੀਆਂ ਵਿੱਚ ਸਿੰਘਾਂ ਨੂੰ ਲੱਦ ਕੇ ਉਵੇਂ ਤੜਫਦਿਆਂ ਨੂੰ ਉਵੇਂ ਹੀ ਲਟਕਦਿਆਂ ਨੂੰ, ਅਤੇ ਉਹਨਾਂ ਜਿਹੜੇ ਉਹ ਵੀ ਸਨ ਗੰਦ ਚੁੱਕਣ ਵਾਲੇ ਵੀ ਸਨ, ਮਿਊਂਸੀਪਲ ਕਮੇਟੀ ਦੇ ਕਰਮਚਾਰੀ, ਉਹਨਾਂ ਦਾ ਵੀ ਹੀਆ ਨਹੀਂ ਸੀ ਪੈਂਦਾ ਚੁੱਕਣ ਦਾ, ਉਹਨਾਂ ਨੂੰ ਵੀ ਸ਼ਰਾਬ ਪਿਲਾ ਕੇ ਅੰਨੇ ਕਰਕੇ ਲਾਲਚ ਦਿੱਤਾ ਵੀ ਇਹਨਾਂ ਕੋਲੋਂ ਜੋ ਕੁਝ ਨਿਕਲੇਗਾ ਜੇਬਾਂ 'ਚੋਂ ਕੱਢ ਲਓ ਉਹ ਤੁਹਾਡਾ ਹੀ ਹੈ, ਅਤੇ ਇਵੇਂ ਲਾਸ਼ਾਂ ਲੈ ਕੇ ਜਾਂਦੇ ਰਹੇ। ਪੋਸਟਮਾਰਟਮ ਵੀ ਨਹੀਂ ਕੀਤੇ ਗਏ, ਐਵੇਂ ਪੇਪਰਾਂ ਦੀ ਫੋਰਮੈਲਿਟੀ ਕਰ ਦਿੱਤੀ ਗਈ। ਆਖਿਰਕਾਰ ਇਹ ਇਤਨਾ ਵੱਡਾ ਕਹਿਰ ਵਰਤਿਆ, ਉਸ ਤੋਂ ਬਾਅਦ ਵਿੱਚ ਸਿੱਖ ਕੌਮ ਇਸ ਘੱਲੂਘਾਰੇ ਨੂੰ ਹਰੇਕ ਸਾਲ ਯਾਦ ਕਰਦੀ ਹੈ। ਦੁੱਖ ਇਹ ਹੈ, ਜਿਨ੍ਹਾਂ ਦੀ ਖਾਤਰ ਇੰਨਾ ਕੁਛ ਕੀਤਾ, ਉਹਨਾਂ ਬੇਗਾਨਿਆਂ ਵਾਂਗੂ ਗੋਲੀਆਂ ਮਾਰਦਿਆਂ ਇੱਕ ਵਾਰੀ ਵੀ ਪਰਉਪਕਾਰਾਂ ਨੂੰ ਚੇਤਾ ਨਾ ਕੀਤਾ। ਆਓ ਪਿਆਰ ਵਾਲਿਓ, ਮੈਂ ਅੱਜ ਵੀ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨਾ, ਹੁਣ ਆਪਾਂ ਕਿੰਨਾ ਕੁ ਲਹੂ ਬਹਾਈ ਜਾਵਾਂਗੇ, ਕੋਸ਼ਿਸ਼ ਕਰੀਏ ਇਤਿਹਾਸ ਨੂੰ ਪੜ੍ਹ ਕੇ, ਗੁਰਬਾਣੀ ਨੂੰ ਪੜ੍ਹ ਕੇ, ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਚੰਗੀਆਂ ਥਾਵਾਂ 'ਤੇ ਪਹੁੰਚਾਈਏ, ਤਾਂ ਕਿ ਕੱਲ੍ਹ ਇਨਸਾਫ ਮੰਗਣ ਦੀ ਬਜਾਏ ਉਹ ਇਨਸਾਫ ਦੇਣ ਵਾਲੇ ਬਣ ਜਾਣ। ਭੁੱਲਾਂ ਚੁੱਕਾਂ ਦੀ ਖਿਮਾ ਪਿਆਰ ਨਾਲ ਆਖੋ ਜੀ,
वाहिगुरु जी का खालसा, वाहिगुरु जी की फतेह।